ਸਾਡੇ ਉੱਥੇ ਇੱਕ ਅਮੀਰ ਆਲਮਾਂ ਦਾ ਪਰਿਵਾਰ ਹੈ ਜੀ, ਉਹਨਾਂ ਦਾ ਬੁੱਢਾ ਮਰ ਗਿਆ। ਮੈਂ ਦੱਸਿਆ ਵੀ ਇਹ ਮਰਦੇ ਵੀ ਹੱਸ ਲੈਂਦੇ ਨੇ, ਉਹਨਾਂ ਦਾ ਬੁੱਢਾ ਮਰ ਗਿਆ ਤੇ ਉਡੀਕ ਹੋਣ ਡਈ ਆ ਵੀ ਵੱਡੀ ਕੁੜੀ ਨੀ ਅਜੇ ਆਈ, ਵੱਡੀ ਆਵੇ ਜਗਾਦਰੀ ਵਾਲੀ ਤੇ ਫਿਰ ਲੈ ਕੇ ਜਾਈਏ। ਉਹ ਪਤਾ ਨੀ ਕਿਹੜੀ ਉਹਨੇ ਬੱਸ ਫੜ ਲਈ, ਖਰੇ ਬੱਸ 'ਚ ਪੈਦਲ ਆਉਣ ਡਈ ਸੀ ਉਹ ਬੁੱਢਾ ਮਰਿਆ ਵੀ ਸੁੱਕਣੇ ਪਾਇਆ ਉਹਨੇ, ਵੀ ਜੀਂਦੇ ਨੂੰ ਤਾਂ ਕਦੇ ਨੀ ਕੋਈ ਸਵਾਰਿਆ, ਮਰੇ ਤੇ ਸਵਾਰ ਦੋ। ਹੁਣ 5 ਵਜੇ ਤੋਂ ਬਾਅਦ ਲੈ ਕੇ ਵੀ ਨੀ ਜਾਣ ਜੋਗੇ। 4:30 ਵਜੇ ਪਤਾ ਲੱਗਾ ਵੀ ਅੱਡੇ 'ਚ ਉਤਰ ਗਈ, ਉਥੋਂ ਫਟਾਫਟ ਚੱਕ ਚਕਾ ਕੇ ਲਿਆਂਦੀ 4:45 ਆ ਕੇ ਦਲੀਜਾਂ 'ਚ ਡਿੱਗ ਪਈ। ਹੁਣ ਗਿੱਲਾ ਮੈਂ ਤੇ ਨੀ ਡਿੱਗ ਨੀ ਸਕਦਾ, ਪਰ ਸਮਝ ਲਓ ਵੀ ਲੇਰ ਹੀ ਮਾਰੀ ਦਲੀਜਾਂ ਡਿੱਗ ਕੇ। ਬਾਬਾ ਉੱਠ, ਬੰਦਾ ਪੁੱਛੇ ਜੀ ਉਹਨੇ ਉੱਠਣਾ ਤੇ ਕੱਲ ਰਾਤ ਦਾ ਕਿਉਂ ਪਿਆ ਉਹ। ਬਾਬਾ ਉੱਠ, ਉਹਨੂੰ 10 ਜਣੇ ਆ ਕੇ ਤਰਲੇ ਮਾਰੇ, ਤੂੰ ਉੱਠ ਵਿਚਾਰਾ ਵੇਲਾ ਹੋਵੇ। ਅੰਦਰ ਲਿਆਂਦੀ ਘੜੀਸ ਘੜਾਸ ਕੇ ਰੋਂਦੀ, ਏਦਾਂ ਆਵੇ ਵੀ ਜਿੱਦਾਂ ਦੁਖੀ ਇਹਨੂੰ ਹੋਰ ਕਿਸੇ ਨੂੰ ਦੁਖੀ ਨਹੀਂ, ਤੇ ਜਦੋਂ ਮੂੰਹ ਖੋਲ ਖੋਲ ਕੇ ਰੋਵੇ ਤੇ ਦੰਦਾਂ 'ਚ ਫਸਿਆ ਮਰੂੰਡਾ ਦਿਸੇ ਜਿਹੜਾ ਬੱਸ 'ਚ ਖਾਂਦੀ ਆਈ। ਬਾਬਾ ਉੱਠ, ਲੇਰਾ ਮਾਰੇ ਉਹ ਪਾਪੇ ਮਰੇ ਤੇ ਨੀਲ ਪਾਤੇ ਮਾਰ ਮਾਰ ਕੇ ਨੇ। ਬਾਬਾ ਉੱਠ, ਵੱਡਾ ਮੁੰਡਾ ਸਵੇਰ ਦਾ ਦੁਖੀ ਬੈਠਾ ਸੀ ਵੀ ਤੇਰੇ ਕਰਕੇ ਲੇਟ ਹੋਣ ਡਏ ਆ ਤੇ ਤੇਰੇ ਖੇਖਣ ਹੀ ਨੀ ਮੁੱਕਦੇ। ਬਾਬਾ ਉੱਠ, ਉਹ ਕਹਿੰਦਾ ਆਹੋ ਬਾਪੂ ਉੱਠ ਪਾ, ਕਹਿੰਦਾ ਦੂਰੋਂ ਆਈ ਥੱਕੀ ਉਹਨੇ ਪੈਣਾ ਤੂੰ ਉੱਠ ਪਾ ਕਹਿੰਦਾ। ਜਦੋਂ ਉਹਨੇ ਸੁਣਿਆ ਮੈਨੂੰ ਭੰਨ ਲੈ ਕੇ ਫਿਰ ਤਰਬ ਕੇ ਪਾਸੇ ਹੋਈ, ਲੈ ਚੱਲੋ ਫਿਰ ਲੈ ਚੱਲੋ। ਖੈਰ ਜਦੋਂ ਉਹਨੇ ਵੇਖਿਆ ਵੀ ਲੇਟ ਹੋਣ ਡਿਆ, ਫਟਾਫਟ ਚੁੱਕੋ 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 ਹੋ ਗਈ। ਜਦੋਂ ਚੁੱਕਣ ਲੱਗੇ ਚੁੱਕ ਲਿਆ, ਤੁਰ ਪਏ, ਉਦੋਂ ਫਿਰ ਕੁੜੀਆਂ ਮਗਰ ਹੀ ਲਮਕਦੀਆਂ ਜਾਣ, ਪਾਪਾ ਮੈਂ ਵੀ ਜਾਣਾ, ਪਾਪਾ ਮੈਨੂੰ ਵੀ ਲੈ ਜਾ, ਨਿੱਕੇ ਨਿੱਕੇ ਨਿਆਣੇ, ਪਾਪਾ ਜੀ ਮੈਂ ਵੀ ਜਾਣਾ, ਪਾਪਾ ਮੈਨੂੰ ਵੀ ਲੈ ਜਾ, ਮਗਰ ਹੀ ਲਮਕਦੇ ਜਾਣ ਜਿੱਦਾਂ ਨਿਆਣੇ ਨੀ ਰਕਸ਼ਿਆਂ ਪਿੱਛੇ ਲਮਕਦੇ ਹੁੰਦੇ। ਪਾਪਾ ਮੈਂ ਵੀ ਜਾਣਾ, ਵੱਡਾ ਮੁੰਡਾ ਸਵੇਰ ਦਾ ਤਪਿਆ ਸੀ, ਉਹਨੇ ਪਿੱਛੋਂ ਮਾਰੀ ਭੁਆ ਕੇ ਲੱਤ, ਪਰਾਂ ਮਰੋ ਸਾਰਿਆਂ ਜਾਣਾ, ਉਹਨੇ ਸੋਮੋ ਕੀਤੀ। ਥੈਂਕ ਯੂ ਜੀ। ਅੱਛਾ, ਜਦੋਂ ਲੈ ਹੀ ਗਏ ਉਹਨਾਂ 'ਚ ਦਫਨਾਉਂਦੇ ਨੇ, ਤੇ ਜਦੋਂ ਉਹਨਾਂ ਕਬਰ ਤੇ ਪਹਿਲਾਂ ਪੁੱਟੀ ਸੀ ਭਾਈਆ ਪਾ ਕੇ ਉੱਤੇ ਮਿੱਟੀ ਪਾਈ ਦਫਨਾਉਣ ਲੱਗੇ, ਉਹਨਾਂ 'ਚ ਇੱਕ ਰਸਮ ਹੈ ਦਫਨਾਉਣ ਤੋਂ ਬਾਅਦ ਨਾ, ਦਫਨਾਉਣ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਰਸਮ ਹੈ, ਇੱਕ ਕਾਨਾ ਗੱਡ ਦਿੰਦੇ ਨੇ, ਉਹ ਜ਼ਮੀਨ ਗਿੱਲੀ ਕਰਕੇ ਕਾਨਾ ਗੱਡ ਦਿੰਦੇ ਆ, ਤੇ ਕੋਲੋਂ ਸਲਾਹਕਾਰ ਵੀ ਬੜੇ ਹੁੰਦੇ ਨੇ। ਜਦੋਂ ਸਾਡੇ ਨੀ ਸਿੱਧਵਾਂ ਸਾਹਿਬ ਸੰਸਕਾਰ ਤੇ ਜਾਂਦੇ ਸਾਰੇ ਪਿੰਡ ਵਾਲੇ ਪਿੱਛੇ ਖੜੇ ਸਲਾਹਾਂ ਨਹੀਂ ਦੇਈ ਜਾਂਦੇ, ਐਦਾਂ ਕਰੋ ਇੱਧਰ ਨਿੱਕੀਆਂ ਪੱਛੀਆਂ ਲਾਓ, ਪੱਛੀਆਂ ਛੇਟੀਆਂ ਲਾ, ਛੇਟੀਆਂ ਇੱਧਰ ਛੇਟੀਆਂ ਉਧਰ, ਪਰ ਇੱਧਰ ਪੈਰਾਂ ਵਾਲੇ ਪਾਸੇ ਲੱਕੜ ਨਹੀਂ ਲਾਏ ਕਾਕਾ, ਇੱਧਰ ਵੀ ਲੱਕੜ ਲਾਓ। ਇੱਕ ਅੰਨਾ ਜਿਹਾ ਭਾਈਆ ਪਿੱਛੇ ਖੜਾ ਕਰੀ ਜਾਂਦਾ ਹੁੰਦਾ, ਕਹਿੰਦਾ ਸਿਰ ਵਾਲੇ ਪਾਸੇ ਮੁੱਢੀ ਲਾ ਦਿਓ, ਮੁੱਢੀ ਹੈ ਸੁਣਦਾ ਕੋਈ, ਸਿਰ ਵਾਲੇ ਪਾਸੇ ਮੁੱਢੀ ਲਾਓ, ਮੁੱਢੀ। ਉਹਨੂੰ ਕਹਿਣਾ ਪੈਂਦਾ ਭਾਈਆ ਚੁੱਪ ਕਰ, ਤੇਰੀ ਵਾਰੀ ਲਾ ਦਿਆਂਗੇ। ਅੱਛਾ, ਸਲਾਮਾਂ ਦੂਰੋਂ ਹੀ ਦਿੰਦਾ, ਨੇੜੇ ਨਹੀਂ ਹੁੰਦਾ, ਵੀ ਮੈਨੂੰ ਕਹਿਣ ਵੀ 92 ਤੇ ਤੂੰ ਵੀ ਹੋਇਆ, ਵੀ ਕੱਲ ਵੀ ਤੇ ਹੂਟੇ ਲੈ ਕੇ ਆਉਣਾ, ਨਾਲ ਹੀ ਚੱਲ। ਦੂਰੋਂ ਸਲਾਹਾਂ ਦੇਈ ਜਾਣਗੇ। ਏਦਾਂ ਹੀ ਜਦੋਂ ਉਹਨੂੰ ਵਿਚਾਰੇ ਨੂੰ ਦਫਨਾ ਕੇ ਕਾਨਾ ਗੱਡਿਆ, ਪਿੱਛੋਂ ਕੋ ਮੇਰੇ ਵਰਗਾ ਆਂਦਾ ਕਾਨਾ ਥੋੜਾ ਥੱਲੇ ਕਰ, ਉਹਨੇ ਕਾਨਾ ਥੱਲੇ ਕਰਤਾ। ਇੱਕ ਇਧਰੋਂ ਹੋਰ ਬੋਲਿਆ, ਆਂਦਾ ਕਾਨਾ ਥੋੜਾ ਹੋਰ ਥੱਲੇ ਕਰ, ਉਹਨੇ ਜ਼ੋਰ ਲਾ ਕੇ ਥੋੜਾ ਹੋਰ ਥੱਲੇ ਕਰਤਾ। ਫੇਰ ਪਿੱਛੋਂ ਬੋਲਿਆ, ਆਂਦਾ ਕਾਕਾ ਕਾਨਾ ਠਾਂ ਕਰ ਹੋਰ ਥੋੜਾ, ਉਹਨੇ ਹੋਰ ਥੱਲੇ ਕਰਤਾ। ਇੱਧਰ ਹੋਰ ਇੱਕ ਅੰਨਾ ਜਿਹਾ ਬੋਲਿਆ, ਜੇ ਹਾਇਆ ਮੈਂ ਤਾਂ ਕਹਿੰਦਾ ਕਾਨਾ ਥੋੜਾ ਹੋਰ ਥੱਲੇ ਹੋ ਸਕਦਾ। ਉਹ ਪਹਿਲਾਂ ਦੁਖੀ ਸੀ, ਕਹਿੰਦਾ ਕਾਨਾ ਮੁਰਦੇ ਦੇ ਹੱਥ 'ਚ ਨਾ ਫੜਾ ਦੇ,
ਜਿੰਨੀ ਲੋੜ ਹੋਏਗੀ ਖਿੱਚ ਲਏਗਾ।